ਬਾਬਾ ਕੋਈ ਕਿੱਸਾ ਸੁਣਾਵਾ, ਕੋਈ ਗਾਲ ਸੁਣਾਵਾ ਆਪਣੇ ਵਸੇਬ ਦੀ? ਕੋਈ ਪਹਿਲੇ ਤਾਂ ਕਿਸੇ ਕਰਨ ਲਿਆ, ਉਹ ਵਕਤ ਗੁਜ਼ਰ ਗਿਆ। ਹੁਣ ਜਦੋਂ ਦੇ ਟੀਵੀ ਸ਼ੀਵੀ ਤੇ ਆਏ ਹਰ ਸ਼ਹਿਰ ਹੀ, ਉਹਨਾਂ ਕਿੱਸੇ ਦੀ ਇੰਨਾ ਕਹਾਣੀਆਂ ਦੀ, ਹੁਣ ਤਾਂ ਵਾਲੀ ਮੈਂ ਗਾਲ ਹੀ ਹੈ ਜੋ ਫਿਰ ਕਰਨ ਦੇ। ਬਸ ਉਹ ਵੱਲ ਚਲੋ ਕੋਈ ਪੁਰਾਣਾ ਸੁਣਾਉਣਾ ਵਧੇ ਤਾਂ ਸੁਣਾ ਲੈਂਦੇ ਅਸੀਂ, ਸੁਣਾਉਂਦੇ ਟਾਈਮ ਪਾਸ ਸੀ ਵੇ ਸੀ, ਚਲੋ ਬੰਦਾ ਖੁਸ਼ ਸੀ ਜੇ ਬਾਬੇ। ਵਕਤ ਗੁਜ਼ਰਦਾ ਰਿਹਾ, ਅੱਲਾ ਸੀ ਬਾਂਭਾਂ ਨੂੰ ਪੈਸੇ ਦੇ ਦਿੱਤੇ, ਨਹੀਂ ਦੀ ਸ਼ਾਦੀ ਸੀ ਗਈ। ਬਾਂਭਾਂ ਆ ਗਿਆ ਜੋ ਮੇਰੇ ਕੋਲ ਪੈਸੇ ਆ ਗਏ, ਆਪਾਂ ਜੁਲੂ ਗੰਗੇ ਉਹਨਾਂ ਕੋਲ ਪੁੱਛਾਂਗਾ ਕਿ ਮੇਰਾ ਇਹਨਾਂ ਨਾਲ ਵਾਅਦਾ ਹੈ, ਮੈਂ ਇਹਦੇ ਨਾਲ ਵੰਜਣੇ। ਊਂ ਆਖੇ ਤੂੰ ਉਹਦੇ ਵੰਜੋ ਤੇ ਮੈਂ ਕਿਵੇਂ ਗੁਜ਼ਰੇ ਸਾਂ। ਊਂ ਆਖੇ ਰਸਤੇ 'ਚ ਕੋਈ ਖੂਨ ਡੱਟ ਮਰੇ ਸਾਂ, ਵਾਪਸ ਆਵੇ ਸਾਂ, ਹਾਲੀ ਮੇਰੇ ਕੋਲ ਵੰਜਾਂ ਡੇ। ਉਹਨਾਂ ਤਿਆਰੀ ਤਾਂ ਕੀਤੀ, ਗੰਗੇ ਰਵਾਨੇ ਸੀ ਪਏ, ਰਾਤ ਰਸਤੇ 'ਚ ਪੈ ਗਈ, ਸ਼ਾਮ ਥਈ ਤੇ ਉਹ ਸ਼ਹਿਰ ਦੇ ਬਾਹਰੋਂ ਡੇਰਾ ਲਾ ਦਿੱਤੋ ਨੇ। ਬਾਹਣ ਪੈਸੇ ਦਿੱਤੇ ਨਹੀਂ ਕੋ ਬਈ, ਆਪਣੀ ਰੋਟੀ ਖਾਧੀ ਆ ਤੇ ਮੇਰੀ ਕੀਤੀ ਆ ਬਾਜ਼ਾਰ 'ਚ। ਉਹ ਬਾਜ਼ਾਰ 'ਚ ਗਿਆ, ਰੋਟੀ ਬਣ ਗਈ ਤੋ ਆਪਣੀ ਖਾਧੋ, ਕਾਹ ਤੇ ਆਉਂਦਾ ਪਿਆ ਅੱਗੋਂ ਦਰਵਾਜ਼ਾ ਛਾਈ, ਉੱਥਾਂ ਦੁੰਬੇ ਦੀ ਸੀੜੀ ਟੰਗੀ ਖੜੀਏ, ਉਹ ਅੱਗੇ ਹਾ ਕਿਆ ਥੀ ਓਮ ਕਿਆ ਤੇ ਥੀ ਸੀ ਕਿਆ ਦਿੱਤਾ। ਉਹ ਦੇਖ ਤੇ ਊਂ ਆਖੇ ਚਲੋ ਮਾਸ਼ਾ ਅੱਲਾ, ਆਇਆ ਉੱਥਾਂ ਬਾਬਣ ਕੋਲੋਂ ਉਕਵਾ ਕੇ ਉਸ ਗਾਲ ਇਹ ਜਿਹੜਾ ਕੁਝ ਮੈਂ ਅੱਜ ਦੇਖ ਆਇਆ ਉਹ ਮੇਰੇ ਕੋਲ ਦਸਾਵੇ ਤਾਂ ਅੱਗੂ ਤੇ ਜੁਲ ਪਿਆ, ਨਾ ਤਾਂ ਵੱਲ ਮੈਂ ਘਰ ਮੈਂ ਨਾ ਗਾਲ ਕਿਤੇ ਮੂੰਹ ਚਾਈ ਵਧੀਆ। ਊਂ ਆਖੇ ਉਹ ਜਿਹੜਾ ਦੁੰਬੇ ਦੀ ਸ਼ਰੀ ਟੰਗੀ ਖੜੀਏ ਉਹ ਹੈ? ਊਂ ਆਖੇ ਹਾਂ। ਊਂ ਆਖੇ ਰੋਟੀ ਖਾਸੂ, ਗੁਰਗੜੀ ਪਖੇਸੂ ਤੇ ਗਾਲ ਦੱਸੇਸੂ। ਊਂ ਰੋਟੀ ਖਾਧੀ, ਰੋਟੀ ਖਾ ਤੇ ਹੁੱਕਾ ਪਕਾਇਆ, ਹੁੱਕਾ ਪਕਾ ਤੇ ਸੂਟਾ ਲਾਇਆ। ਊਂ ਆਖੇ ਤੂੰ ਇੱਕ ਬਾਦਸ਼ਾਹ ਤੇ ਜ਼ਮੀਨ ਦੇ ਟੁਕੜੇ ਦਾ ਬਾਦਸ਼ਾਹ। ਊਂ ਸ਼ਾਦੀ ਕੀਤੀ, ਉਹਦੀ ਘਰ ਵਾਲੀ ਜਾਦੂ ਦਾ ਕੰਮ ਜਾਣਦੀ ਹੈ। ਊਂ ਜਾਦੂ ਪੈ ਕੋ ਸਿਖਾ ਦਿੱਤਾ ਬਾਦਸ਼ਾਹ ਕੋ, ਬਾਦਸ਼ਾਹ ਸਿਖਾ ਦਿੱਤਾ ਵਜ਼ੀਰ ਕੋ। ਵਕਤ ਗੁਜ਼ਰਦਾ ਰਿਹਾ, ਇੱਕ ਦਫ਼ਾ ਸ਼ਿਕਾਰ ਕਰਨ ਗਏ ਬਾਹਰ ਸ਼ਿਕਾਰ ਤੇ ਰਸਤੇ ਸ਼ਾਮ 12 ਵਜੇ ਉਹ ਆਏ ਤੇ ਦਰਖਤ ਦੇ ਥੱਲੇ ਡੇਰਾ ਲਾ ਦਿੱਤੋ ਨੇ ਤੇ ਬੈਠਣ ਥਾ ਤੇ ਵਜ਼ੀਰ ਗਿਆ ਤੁਰਾਂ ਫਿਰਾਂ ਤੇ ਦੇਖ ਕੇ ਤਾਂ ਭੋਲੂਮ ਹੋਇਆ ਪਏ। ਉਹ ਵੱਲੇ ਆਇਆ ਤੇ ਉਹ ਬਾਦਸ਼ਾਹ ਕੋ ਆਖਿਆ, ਯਾਰ ਆਪਾਂ ਤਾਂ ਜਾਦੂ ਸਿੱਖੇ ਹੋਏ ਸੀ, ਇਹਦਾ ਕੋਈ ਫਾਇਦਾ ਤਾਂ ਉਠਾਓ, ਪਤਾ ਲੱਗੇ ਕੋਈ ਹੈ ਜਾਂ ਕਹਿਣੀ, ਉਹ ਕਿਆ ਕਰੂੰ। ਊਂ ਆਖੇ ਭੋਲੂਮ ਹੋਇਆ ਪਏ, ਹਿੰਦੋ ਤੇ ਅਮਰ ਮਹੀਨੇ ਹੈ ਕਿਆ ਥੀਲੇ, ਤੁਸੀਂ ਪੜ੍ਹੋ ਇਹਨਾਂ ਉੱਤੇ। ਬਾਦਸ਼ਾਹ ਉਹਨਾਂ ਉੱਤੇ ਪੜ੍ਹਾਉਣ ਸ਼ੁਰੂ ਕਰ ਦਿੱਤਾ, ਵਜ਼ੀਰ ਹੀ ਪੜ੍ਹਾਉਣ ਸ਼ੁਰੂ ਕਰ ਦਿੱਤਾ। ਬਾਦਸ਼ਾਹ ਦਾ ਰੂਹ ਨਿਕਲ ਤੇ ਭੋਲੂਏ 'ਚ ਪੈ ਗਿਆ, ਵਜ਼ੀਰ ਦਾ ਰੂਹ ਨਿਕਲ ਤੇ ਬਾਦਸ਼ਾਹ ਦੇ ਪੋਤੇ 'ਚ ਪੈ ਗਿਆ। ਵਜ਼ੀਰ ਤਿੱਖੇ ਤਿੱਖੇ ਚਾਹ ਕੇ ਆਪਣਾ ਪੁੱਤ ਨਹਿਰੇ ਪੁਕਾ ਸੱਚਾ, ਬਾਦਸ਼ਾਹ ਤੋਂ ਉਡੋ ਡਿੱਟੋ ਤੋਂ ਭੋਲੂਏ 'ਚ ਉਹ ਦੋਖੜੀ ਮਾਰੀ ਜੰਗਾਂ 'ਲੇ ਬਚ ਗਿਆ। ਬਾਦਸ਼ਾਹ ਜਿਹੜਾ ਹੈ ਉਹ ਵਜ਼ੀਰ ਹੈ, ਉਹ ਬੁੱਤ ਤਾਂ ਬਾਦਸ਼ਾਹ ਦਾ ਹੈ, ਰੂਹ ਵਜ਼ੀਰ ਦਾ, ਰੂਹ ਬਾਦਸ਼ਾਹ ਦਾ, ਬੁੱਤ ਬਾਜਦਾ ਹੈ। ਉਹ ਘੋੜੇ ਤੇ ਚੜ੍ਹਦਾ ਸਿੱਧਾ ਆਇਆ ਸ਼ਹੀਦ ਦਰਵਾਜ਼ੇ ਤੇ ਆਪਣੇ ਸਹਾਰੇ 'ਚ, ਤੇ ਉਹ ਸਿੱਧਾ ਅੰਦਰ ਪਿਆ ਗਿਆ ਮਹਾਲ 'ਚ। ਅੱਗੇ ਗਿਆ ਹੋਇਆ ਤਾਂ ਹਾਂ ਕਹਿਣਾ, ਮਲੂਕ ਦਾਦੀ ਬੈਠੀ ਅੰਦਰ ਤੋਂ ਵਜਾ, ਕਈ ਵੇਲੇ ਇਡੇ ਦੇਖੇ, ਕਈ ਵੇਲੇ ਇਡੇ, ਕਈ ਵੇਲੇ ਇਹਦੇ ਕਮਰੇ 'ਚ, ਕਈ ਵੇਲੇ ਥੂਆਂ ਦਾ ਹਾਂ ਕਹਿਣਾ। ਮਲੂਕ ਦਾਦੀ ਡਿੱਠਾ ਊਂ ਆਖੇ ਛੱਕ ਪਾਉਂਦੇ ਜੋ ਮੇਰੇ ਪੈਰ ਨਾਲ ਦੌੜਾ ਫੀ ਗਏ, ਇਹ ਉਹ ਨਹੀਂ। ਊਂ ਆਖੇ ਬਾਦਸ਼ਾਹ ਸਲਾਮਤ ਬਹੁ ਡੂ ਮੈਂ ਤੋ ਬਹਿ ਰਿਹਾ। ਊਂ ਆਖੇ ਬਾਦਸ਼ਾਹ ਦੇ ਵਾਅਦੇ ਕਿਵੇਂ ਆਉਂਦੇ ਰਹਿੰਦੇ, ਤੇ ਤੁਸੀਂ ਕੱਲ੍ਹ ਮੇਰੇ ਕੋ ਆਖੇ ਜੋ 6 ਮਹੀਨੇ ਮੈਂ ਬਾਹਰੋਂ ਰਹਿੰਦਾ, 6 ਮਹੀਨੇ ਅੰਦਰ ਰਹਿੰਦਾ, ਮੈਂ ਉਹ 6 ਮਹੀਨੇ ਕਹਿਣਾ ਸਾਂ, ਹੁਣ ਵੱਲ ਵਾਪਸ ਵੱਲਿਆ ਕਿਵੇਂ ਕਰੀ ਦੇ। ਊਂ ਆਖੇ ਮੈਂ ਉਹ ਟੁਰਨ ਫਿਰਨ ਆਇਆ, ਮੈਂ ਵਾਪਸ ਵੇਂਦਾ ਪਿਆ ਵੱਲ ਕਹਿਣਾ ਸਾਂ, ਹਾਲੀ 6 ਮਹੀਨੇ ਮੈਂ ਬਾਹਰ ਆ ਸਾਂ। ਊਂ ਆਖੇ ਉਹ ਤੁਹਾਡੀ ਮਿਹਰਬਾਨੀ, ਵਾਅਦਾ ਤਾਂ ਤੁਸੀਂ ਕੀਤਾ। ਉਹ ਬਾਹਰ ਗਿਆ, ਸ਼ਾਮ ਕੋ ਊਂ ਆਖੇ ਗਾਲ ਇਹ ਭੋਲੂ ਮਾਰਾ, ਉਹ ਭੋਲੂ ਵਾਲਾ ਕੋ ਪੈਸੇ ਦੇ ਦਿੱਤੇ ਵੀ 5 ਰੁਪਏ ਭੋਲੂ ਜਿਹੜਾ ਮਾਰ ਤੇ ਚਾਹ ਵੇ, ਤੇ ਜਿਹਦੇ ਭੋਲੂ ਦੇ 2 ਰੁਪਏ
ਉਹ ਬੋਲੂ ਮਰਵਾਈ ਆਵੇ ਤੇ ਸਟਵਾਈ ਆਵੇ, ਉਹਦੇ ਬਾਅਦ ਜਿਹੜਾ ਹੈ ਉਹ ਮੈਂ ਥੱਕਾ ਟੁੱਟਾ ਵੱਧਾ ਥਿਆ ਗੁਜ਼ਾਲ ਆਖਿਆ, ਉਹ ਆਖਿਆ ਤੂੰ ਵੀ ਕੋਈ ਬੋਲੂ ਮਾਰਾਵਿਆ ਤੇ ਕੋਈ ਪੈਸੇ ਕਮਾਵਿਆ। ਉਹ ਪਿਛਲੇ ਪਾਸ ਡੰਡਕਾ ਚਾਹ ਤੇ ਜੰਗਲ ਤੋਂ ਤੁਰ ਪਿਆ, ਮੈਂ ਨਾਲ ਦੇ ਵਿੱਚ ਸੁੱਤਾ ਪਏ ਬੋਲੂ ਤੇ ਉਹ ਤੂੰ ਪੁੱਜ ਗਿਆ। ਹੁਣ ਡਿੱਠਾ ਉਹ ਸੁੱਤਾ ਪਏ, ਉਹ ਆਖੇ ਡੰਡਕਾ ਮਰਨ ਦਾ ਮਰ ਵੇ ਸੀ, ਜਿਹਦਾ ਪਕੜ ਵੇ ਸਾ ਡਾਰ ਪੈ ਰਹੇ ਸੀ, ਉਹ ਕੋ ਪਕੜ ਗਿਆ ਖਾਦਾ ਅਨਾ ਤੱਕ ਨਹੀਂ ਲੈ ਗਿਆ। ਉਹ ਆ ਤੇ ਦਾਲ ਕੋ ਆਖਿਆ ਬੋਲਵਾ ਤੇ ਮੈਂ ਪਕੜ ਆਇਆ, ਇਹ ਖਾਰਾ ਪਿਆ ਉਹਦੇ ਢੱਕ ਨੀ ਤੋ ਨੇ ਏਡੂ ਓਡੂ ਖੱਟਾ ਨਾ ਮਿਲੋ ਨੇ ਸੌਂਪਲ ਬੁਢੜੀ ਤੇ ਬੁਢੜਾ। ਉਹ ਬੋਲੂ ਬੋਲਿਆ, ਉਹ ਆਖੇ ਉਹ ਮਿਆਂ ਮੈਂ ਫਲਾਣਾ, ਮੈਂ ਤੁਹਾਡਾ ਬਾਦਸ਼ਾਹ ਹਾਂ, ਮੈਂ ਵਹਿ ਕੇ ਚ ਆ ਗਿਆ, ਡਰੋ ਸਰੋ ਨਾ, ਤੁਸਾਂ ਸਵੇਲੇ ਸਵੇਲੇ ਇਹ ਬੁਢੜੀ ਦੇ ਸਾਗ ਤੇ ਡੋਠਾ ਚ ਪਕਾਵੇ ਤੇ ਕੋਈ ਮੱਖਣ ਤੇ ਲੱਸੀ ਤੇ ਇਹ ਚੀਜ਼ਾਂ ਖੇਣ ਤੇ ਸ਼ਾਹੀ ਦਰਵਾਜ਼ੇ ਤੇ ਪੁੱਜ ਵਜੇ ਉੱਥਾਂ ਗਿਰਬਾਨ ਤੇ ਅਖੇ ਸੀ, ਮੈਂ ਅੰਦਰ ਵੇਹਦੀ ਰਾਜੀਆਂ। ਉਹ ਵੇਸੀ ਅੰਦਰ ਉਹ ਵੰਜਾ ਦੇ ਸਨ, ਮੇਰੀ ਹੁਮਖਾਰ ਵਾਲੀ ਕੋ ਮਲੂਕ ਦਾਦੀ ਕੋ ਦੋ ਮਨ ਤੇ ਆ ਕੇ ਇਵੇਂ ਵਾਕਿਆ ਵਾਲੋ ਵੱਲੀ ਆਵੇ ਮੈਂ ਜਾਣਾ ਤੇ ਮੇਰਾ ਕੰਮ ਜਾਣਾ। ਉਹ ਠੱਕ ਥੜੀ ਉਹਨਾਂ ਕੋ ਰੋ ਕੇ ਆਊ ਆਖਿਆ, ਸਨ ਹਰ ਵੇਲੇ ਵੇਹਦੇ ਆਉਂਦੇ ਰਹਿੰਦੇ ਸੀ ਮਹੀਨੇ ਦੂਜੇ ਚੌਥੇ ਕੋਈ ਸ਼ਾਇਦ ਚਾਹ ਤੇ ਉਹ ਆਖੇ ਮੰਨਾ ਡੇ ਮੰਨਾ ਡੇ ਅੰਦਰ ਗਈ। ਉਹ ਆਖੇ ਇਵੇਂ ਬੋਲੂ ਪਕੜਿਆ ਸੇ ਤੋ ਹਲੇਂਦੇ ਤੋ ਇਵੇਂ ਗਾਲੀ ਕਰਦੇ, ਉਹ ਮੇਰੇ ਕੋ ਦੱਸੇ ਜੋ ਤੂੰ ਮਾਨ। ਉਹ ਆਖੇ ਡਰੋ ਸਰੋ ਨਾ, ਕੱਲ ਅੱਠ ਵਜੇ ਪੈ ਕੋ ਆਖੀ ਬੋਲੂ ਕੋ ਪਕੜ ਚਾਹ ਛੇਕ ਦੇ, ਇਹ ਮੇਰੀ ਦੀਵਾਰ ਨਾਲ ਬਾਹਰੋਂ ਆ ਟਪਸੀ, ਬੋਲੂ ਇੱਥਾ ਹੀ ਆ ਸੀ ਜਿਲੇ ਮਰ ਵੇ ਸੀ, ਉਹ ਕੋ ਚਾਹੀ ਵਜੇ ਦਿੱਤੀ ਵਜੇ ਤੇ ਪੰਜ ਰੁਪਏ ਕੀਤੀ ਵਜੇ ਡਰੇ ਸਰੇ ਨਾ। ਉਹ ਉਹਦੇ ਗਿਆ ਹੁਣ ਸਵੇਲੇ ਉੱਠੀ ਤਾਂ ਕਰ ਲਿੱਤੀ, ਉਹ ਆਖੇ ਤੋਤਾ ਜ਼ਰੂਰ ਆ ਤੇ ਤੋਤਾ ਆ ਗਿਆ। ਉਹ ਤੋਤਾ ਬਹਿ ਗਿਆ ਸਵੇਲੇ ਡੀ ਥਿਆ, ਉਹ ਤੋਤੇ ਦੀ ਗਿੱਟੀ ਘੁੱਟ ਲਾਤੇ ਭਾਗਾ ਬਾਤੇ ਲੜਕਾ ਖੜਾਇਆ। ਉਹ ਜਲੇ ਟੱਪਿਆ ਬੋਲੂ ਗਿਣ ਤੇ ਤੂੰ ਉਹ ਤੂੰ ਤੇ ਡਿੱਠਾ ਤਾਂ ਤੋਤੇ ਖੂਨ ਲੋ ਗਿਆ, ਉਹ ਪੜ੍ਹਨਾ ਸ਼ੁਰੂ ਕਰ ਦਿੱਤੋ ਬੋਲੂ ਮਰ ਗਿਆ, ਉਹਦੀ ਤੋਤੇ ਵੜ ਗਿਆ ਤੋਤਾ ਫਤਕਣ ਪੈ ਗਿਆ ਉੱਛੇ ਕਿਦਾ ਪਿੰਜਰੇ ਢੱਕ ਤੇ ਉਹ ਆ ਗਿਆ। ਹੁਣ ਖਾਦੀ ਖੱਟਿਆ ਵਲ ਵੀ ਕੋਈ ਜਾਦੂ ਸਿਖਾਵੇ ਆ, ਉਹ ਪੈ ਗਿਆ। ਉਹਦੇ ਬਾਅਦ ਜਿਹੜਾ ਹੈ ਲੂਡਿਆ ਦੇਰ ਕਰਦੇ ਚਾਰ ਦੀ ਦੇਰ ਕਰਦੇ ਵਾਲਾ ਕਰ ਦਿੰਦੀ, ਉਹ ਅੱਗੇ ਮੇਰੇ ਕੋਲ ਦੁੰਬਾ ਜ਼ਰੂਰ ਆਤੇ, ਉਹ ਦੁੰਬਾ ਗਿਣਨਾ ਦੇਣ ਦੁੰਬਾ ਅੰਦਰ ਖੜ ਵੇਂਦੇ ਲੂਡਿਆ ਦੇ ਤਰੇ ਦੇਰ ਕਰਦੇ ਦੁੰਬੇ ਦੀ ਗਿੱਟੀ ਖੋਤੇ ਮਾਰ ਦਿੰਦੀ ਦੁੰਬਾ ਮਾਰ ਵੇਂਦੇ ਹੱਕਾ ਦੇ ਬਾਹਰੋਂ ਬਈ ਮੇਰਾ ਦੁੰਬਾ ਮਾਰ ਗਏ ਬਾਦਸ਼ਾਹ ਕੋ ਆਖੋ ਦੁੰਬਾ ਮਾਰ ਗਏ ਬਾਦਸ਼ਾਹ ਸਲਾਮਤ ਅੰਦਰ ਆ ਗਏ। ਉਹ ਆਖੇ ਦੁੰਬਾ ਮਾਰ ਗਏ, ਉਹ ਆਖੇ ਵਿਆਹ ਖੇਡਣਾ, ਉਹ ਆਖੇ ਡਾਠਾ ਨੱਚਦਾ ਟੱਪਦਾ ਹਾ ਤੇ ਇੱਕ ਦੂ ਦਫ਼ਾ ਨਚਾਓ ਟੱਪਾਓ ਚਾ ਤੇ ਵਲ ਤੁਸਾਂ ਬੇਸ਼ੱਕ ਵਿਆਹ ਖੇਡ ਬਾਏ ਹਾਲੀ ਮੈਂ ਕੁਛ ਦਾ ਟੱਪਤਾ ਆਖੋ ਤਾਂ ਮੈਂ ਜਾਦੂ ਸਿਖਾਇਆ ਹਾ, ਉਹਦੇ ਕੋਲੋਂ ਤਾਂ ਕੋਈ ਫਾਇਦਾ ਉਠਾਊ। ਉਹ ਵਜ਼ੀਰ ਆ ਜਿਹੜਾ ਬਾਦਸ਼ਾਹ ਦੇ ਪੋਤੇ ਜਾਇਆ ਉਹ ਲੰਬਾ ਥੀ ਗਿਆ ਸੁੰਮ ਗਿਆ, ਉਹ ਪੜ੍ਹਨਾ ਸ਼ੁਰੂ ਕਰ ਦਿੱਤਾ। ਉਹ ਬਾਦਸ਼ਾਹ ਦਾ ਹੂੰ ਵਜ਼ੀਰ ਦਾ ਰੂਹ ਬਾਦਸ਼ਾਹ ਦਾ ਰੂਹ ਉੱਡੇ ਪੈ ਗਿਆ, ਤੋਤੇ ਦਾ ਰੂਹ ਉਹ ਬਾਦਸ਼ਾਹ ਦੇ ਪੋਤੇ ਚ ਪੈ ਗਿਆ, ਬਾਦਸ਼ਾਹ ਆਪਣੇ ਪੋਤੇ ਚ ਵੜ ਗਿਆ, ਉਹ ਲੈ ਲੈ ਦੇ ਪੋਤੇ ਚ ਲੈ ਲਾ। ਉਹ ਬਾਦਸ਼ਾਹ ਉੱਠੀ ਬੈਠਾ ਤੇ ਉਹਨੂੰ ਤੁੰਬਾ ਉੱਠਾ ਖੜਾ, ਫਿਰ ਤੇ ਡਿੱਠਾ ਹੁਆ ਕਿ ਹਾਲ ਸੁਣਾ ਹੁਣ ਕਿਆ ਥੀ ਸੀ, ਛੇਕ ਤੇ ਮਾਰਿਓ ਤਲਵਾਰ ਸ਼ੇਰ ਕੱਪ ਤੇ ਉਹ ਆਖੇ ਕੋਈ ਸ਼ਾਹੀ ਦਰਵਾਜ਼ੇ ਤੇ ਟੰਗ ਕਰਾਓ, ਆਂਦਾ ਵੇਂਦਾ ਇਹਦਾ ਤਮਾਸ਼ਾ ਦੇਖੀ, ਇਹ ਉਹ ਟੰਗਿਆ ਖੜੇ ਹੋਵੇ ਰੂਹ ਤਾਂ ਅੱਗੋ ਤੇ ਜੋਲ ਨਾ ਤਾਂ ਤੇਰੀ ਮਰਜ਼ੀ। ਰਾਤ ਗੁਜ਼ਰ ਗਈ ਸਵੇਲੇ ਵੱਲ ਅੱਗੋ ਤੇ ਬੜੀ ਰਾਤ ਪੈ ਗਈ, ਬੜੀ ਰਾਤ ਦਾ ਉੱਥਾਂ ਕਰ ਗਏ ਵੱਲ ਵੰਜੇ ਨਾ ਤਾਂ ਇੱਕ ਟੂ ਬੂਟੇ ਸ਼ਾਹੀ ਦਰਵਾਜ਼ਾ ਇੱਕ ਬੂਟੀ ਇਹਨੂੰ ਹੈ ਇੱਕ ਇਹਨੂੰ ਹੈ ਉੱਥਾਂ ਕਿ ਉਹ ਕਰਦੇ ਜੋ ਵੀ ਗਾਲ ਇਵੇਂ ਇੱਕ ਬੂਟੀ ਉਭਰਦੀ ਏ ਉਹ ਅੱਗੇ ਲੱਖ ਵਾਰ ਜਾਨ ਕੁਰਬਾਨ ਕਰਾਂ ਯਾਰ ਦੇ ਨਾਂ ਤੋਂ ਸਵਾਦ ਹੀ ਵੇਂਦੀ, ਦੂਜੇ ਪਾਸੋਂ ਉਭਰਦੀ ਉਹ ਅੱਗੇ ਥੁੱਕ ਮਾਰ ਯਾਰ ਦੀ ਖਾਰ ਤੋਂ ਸਵਾਦ ਹੀ ਵੇਂਦੀ। ਉਹ ਤਮਾਸ਼ਾ ਦੇਖ ਤੇ ਵੱਲੋਂ ਆਉਂਦੇ, ਊ ਆਖੇ ਅੱਜ ਜਿਹੜਾ ਕੁਝ ਦੇਖ ਆਇਆ ਇਹ ਦੱਸਾਂ, ਊ ਆਖੇ ਸਿੱਧਾ ਕੁਝ ਅੱਜ ਦੇਖ ਕੇ ਉਹ ਜਿਹੜੇ ਬੂਟਿਆਂ ਖੜਨ ਸੀਆਂ, ਊ ਆਖੇ ਹਾਂ, ਊ ਆਖੇ
ਰੋਟੀ ਖਾ ਤੂੰ ਗੁਰਗਰੀ ਬਥੇ ਸੂੰ ਤੇ ਗਾਲ ਨਸੇ ਸੂੰ। ਬਾਲੂ ਰੋਟੀ ਰੋਟੀ ਖਾਧੀ ਸਾਰਾ ਕੁਝ ਕਰ ਤੇ ਗੁਰਗਰੀ ਬਖਾ ਤੇ ਊਂ ਆਖੇ ਸੀ ਨੂੰ ਯਾਰ ਹਨ ਬਾਦਸ਼ਾਹ ਦਾ ਪੁੱਤਰ ਤੇ ਵਜ਼ੀਰ ਦਾ ਪੁੱਤਰ। ਉਹਨਾਂ ਦੀ ਆਪਾ ਤੇ ਯਾਰੀ ਆਈ, ਵਕਤ ਗੁਜ਼ਰਦਾ ਰਿਹਾ, ਬਾਦਸ਼ਾਹ ਦਾ ਪੁੱਤਰ ਆਇਆ ਵਜ਼ੀਰ ਦਾ, ਅੱਗੋਂ ਬਾਦਸ਼ਾਹ ਦਾ ਪੁੱਤਰ ਕਹਿਣਾ ਹਾਂ। ਊਂ ਬਾਦਸ਼ਾਹ ਆਖਿਆ ਇਹ ਗੋਸ਼ਤ ਇਹ ਪੈਸੇ ਨੇ ਤੇ ਗੋਸ਼ਤ ਗਿੱਧਿਆ ਵਜ਼ੀਰ ਦੇ ਪੁੱਤਰ ਕੋ ਆਖਿਓ। ਉਹ ਪੈਸੇ ਗਿਣ ਗਿਣਦੇ ਤੇ ਅੱਗੋਂ ਬੰਦਾ ਟੱਕਰ ਵੇਂਦੇ, ਉਹ ਆਖਦੇ ਵਾ ਯਾਰ ਤੇਰਾ ਤਾਂ ਸਿਰ ਸਿਰ ਦਾ ਲਈ ਬੈਠੇ ਕੰਜਰੀ ਨਾਲ ਚੋਤੀ ਕੱਢੀ ਬੈਠੇ, ਉਹ ਕੁਦਾ ਹੁੰਦਾ ਸਿਰ ਕੱਪ ਗਿਣਦੀ, ਤੂੰ ਵਧੀ ਗੋਸ਼ਤ ਗਿਣਦਾ। ਉਹ ਉਡਾ ਹੀ ਪਿਆ ਗਏ, ਉਡੇ ਚਲੇ ਗਏ, ਉਹ ਚੋਤੀ ਕੱਢੀ ਬੈਠੇ ਤੇ ਸ਼ਰਤ ਲਈ ਬੈਠੇ ਬਾਜੀ ਛੇਕੜੀ ਦਾ ਹੈ। ਊ ਆਖੇ ਵਾ ਇਹ ਕਿਆ ਕੀਤੀ ਬੈਠੀ, ਊ ਆਖੇ ਤੇਰੇ ਪਾਸੋਂ ਮੈਂ ਸਿਰ ਲੈਣਾ ਤੂੰ ਗੋਸ਼ਤ ਗਿਣ। ਉਹ ਹੁੰਦੇ ਪਾਸੋਂ ਸਿਰ ਲਾ ਦਿੰਦੇ, ਉਹ ਗੋਸ਼ਤ ਗਿਣਦੇ, ਉਹ ਗੋਸ਼ਤ ਗਿਣ ਤੋਂ ਵੇਂਦੇ ਗੋਸ਼ ਉਹ ਕਸਾਈ ਕੋ ਆਖਿਆ ਹੋਇਆ ਜਿਹੜਾ ਗੋਸ਼ਤ ਗਿਣ ਵਾਲਾ ਵਾ ਇਹ ਮਾਰ ਦੇਵਣ ਕਤਲ ਕਰ ਦੇਵਣ। ਕਸਾਈ ਨਾਲ ਬਾਦਸ਼ਾਹ ਦੀ ਗੱਲ ਥਈ ਹੋਈ ਹੈ, ਉਹ ਉੱਥੋਂ ਕਹਿਣ ਉਹ ਗੋਸ਼ਤ ਗਿਣਦੇ, ਉਹ ਵੇਂਦੇ ਤੇ ਉਹ ਉੱਥਾਂ ਗੋਸ਼ਤ ਦਾ ਨਾਂ ਤੇ ਉਹ ਰੁਮਾਲ ਤੇ ਉਹ ਆਦੇ ਅੰਦਰ ਆ ਪਿਆ ਤੇਰੇ ਗੋਸ਼ਤ ਪੈ ਪਿਆ ਅੰਦਰ ਵੱਡੇ ਉਹਦਾ ਸਿਰ ਕੱਟ ਦਿੰਦੇ। ਵਜ਼ੀਰ ਦਾ ਪੁੱਤ ਕੰਜਰੀ ਡੀਤ ਗਿਣਦੇ ਸਾਰਾ ਕੁਝ ਬਾਰ ਜੋਰ ਪੈਸਾ ਟੱਕਾ ਜੋ ਕੁਝ, ਊ ਆਖੇ ਪਤਾ ਕੱਢਾ ਜੋ ਕਿਹੜੇ ਗਿਆ ਘਰ ਪਤਾ ਕਿਤੋਂ, ਤੂੰ ਆਖੇ ਏਡਾ ਦਾ ਕਹਿ ਨਹੀਂ ਆਏ ਵੰਨੇ ਤਾਂ ਰੁਮਾਲ ਪਾਇਆ ਸੀ ਆ ਤੇ ਉਹ ਕਹਿ ਨਹੀਂ, ਊ ਆਖੇ ਯਾਰ ਊ ਆਖੇ ਰੁਮਾਲ ਰੱਖ ਗਏ ਤੇ ਵੱਲ ਕੋਈ ਪਤਾ ਕਹਿ ਨਹੀਂ। ਊ ਹੂੰ ਛੋਕਰੇ ਦਾ ਗੋਸ਼ਤ ਕੱਪ ਤੇ ਹੂੰ ਵਜ਼ੀਰ ਦੇ ਪੁੱਤ ਕੁੰਡੇ ਦੇ ਤੇ ਉਹ ਘਰ ਲੈ ਜਾਂਦੇ। ਉਹ ਗੋਸ਼ਤ ਚੜੇ ਤੇ ਬੋਤਿਆਂ ਚੋਂ ਆਵਾਜ਼ ਆਉਂਦੀ ਹੈ ਥੁੱਕ ਮਾਰ ਯਾਰ ਦੀ ਖਾਰ ਕੂੰ ਆਖੇ ਸ਼ੈਤੀ ਉਹ ਸਿਖਾ ਗਿਆ ਵਜ਼ੀਰ ਕੋ ਕਸਾਈ ਕੋ ਤੇ ਬੇੜਾ ਜਿਹੜਾ ਬਹਾਲ ਸੀ ਆਖਰ। ਉਹ ਇੱਕ ਪਾਸੋਂ ਆਖਦੇ ਲੱਖ ਵਾਰ ਜਾਨ ਕੁਰਬਾਨ ਕਰਾਂ ਯਾਰ ਦੇ ਨਾਂ ਤੋਂ, ਦੂਜੇ ਪਾਸੋਂ ਆਖਦੇ ਥੁੱਕ ਮਾਰ ਯਾਰ ਦੀ ਖਾਰ ਕੁੜੀ ਉਹ ਦਿੱਤੀ ਤਾਂ ਆਉਂਦੀ ਰਹਿੰਦੀ ਇਹ ਦੋਸਤਾਂ ਦਾ ਕਿੱਸਾ ਹੈ। ਊ ਆਖੇ ਵਾਲ ਊ ਆਖੇ ਹੁਣ ਅੱਗੋਂ ਤੇ ਜੁਲਣ ਦਾ ਜੁਲ ਨਾ ਜੁਲਣ ਤੇਰੀ ਮਰਜ਼ੀ ਹੈ। ਤੀਜੀ ਰਾਤ ਸਫਾਰੇ ਉਹ ਬਾਦਸ਼ਾਹ ਦਾ ਉੱਥੋਂ ਕੇਰਾਂ ਦਾ ਉਹ ਉਹਦਾ ਪੁੱਤਰ ਜੰਮਿਆ। ਊ ਆਖੇ ਰਾਤ ਜਿੱਤੀ ਪੁੱਤਰ ਜੰਮਤੇ ਨੂੰ ਚਾਹ ਦੇਣਾ, ਪੰਜ ਚਾਰ ਪੁੱਤਰ ਜੰਮੇ ਭਿਆਨੇ ਕੁਫਾਰ ਦੇ ਘਰ ਲੁਹਾਰ ਦੇ ਘਰ ਇੱਕ ਕੁਫਾਰ ਦੀ ਦੇ ਘਰ ਲੱਕੜਹਾਰੇ ਦੇ ਤੇ ਉਹ ਇੱਕ ਸੁਨਾਰੇ ਦੇ ਘਰ ਇੱਕ ਕਲਾਈ ਘਰੇ ਜਾਂ ਦੇਗੜੇ ਫੜਨ। ਉਹ ਤ੍ਰੈ ਚਾਰ ਬਾਲ ਇੱਕ ਰਾਤ ਉਹਨਾਂ ਚਾਹ ਦਿੱਤੇ। ਉਹ ਜਵਾਨ ਸੀ ਗਏ ਪੱਲੇ ਭੋਰੇ ਸਵੇਲੇ ਉੱਠੀ ਤੇ ਉਹਨਾਂ ਨੇ ਆਖੀ ਵੱਧ ਕਿਤੋਂ ਨੇ ਵੱਧ ਤੇ ਉਹਨਾਂ ਕੋ ਕੀਤੀ ਗਏ ਰਸਤੇ ਜਵਾਨ ਤੇ ਛੋੜ ਆਏ। ਉਹ ਅੱਗੋਂ ਗਏ ਛਾਈ ਆਈ ਉੱਥਾਂ ਕਾਰੋਬਾਰ ਕਰਦੇ ਰਹੀਏ ਕੰਮ ਸਿੱਖ ਗਏ। ਉਹ ਦੇਗੜਾ ਸਿੱਖ ਗਿਆ, ਦੇਗੜੇ ਦਾ ਕਿਆ ਹੈ ਵੀ ਦੇਗੜੇ ਜਿਹੜੀ ਸ਼ਾਇਦ ਸੱਟੋ ਪੱਕ ਵੇ ਸੀ ਤਾਂ ਕੜਾਉ ਕਰੇ ਸੀ। ਇਹ ਮੱਛੀ ਹੈ ਇਹ ਬੰਦ ਦਰਿਆ ਛੋਡੋ ਵੀ ਆ ਮੱਛਾਂ ਕੋ ਪਕੜਾ ਸੀ ਜਿਹੜੇ ਤੁਹਾਡੀਆਂ ਮੱਛਾਂ ਪੂਰਾ ਸੀ ਵਜੇ ਇਹ ਬਈ ਵਲੀ ਕੋ ਪਕੜ ਗਿਆ। ਇਹ ਵੀ ਲੱਕੇ ਦਾ ਘੋੜਾ ਬਣਾਇਆ ਉਧਰ ਖਾਨ ਦਾ ਪੋਤਰਾ ਇਹ ਬਲੇ ਪੇੜ ਪੇੜ ਲਗਾ ਜੋ ਪੇੜ ਲੈ ਤੇ ਯੋ ਕਰੋ ਤੇ ਉਹ ਵੇ ਤਾਂ ਵੇਲਾ ਤੱਕ ਤਰਫਾ ਸਮਾਨ ਸੀ ਇਹ ਵੇ ਤੇ ਜ਼ੋਰ ਦੇ ਸੋ ਦਾ ਥੱਲੇ ਲਾਇਆ ਸੀ। ਉਹ ਬਾਦਸ਼ਾਹ ਦਾ ਪੁੱਤਰ ਤਾਂ ਖੜਾ ਆਥਿਆ ਊ ਆਖੇ ਕਿਆ ਹੈ ਊ ਆਖੇ ਮੈਂ ਪੇੜੇ ਰੱਖੇ ਆਪਣੇ ਤੇ ਪੇੜ ਦੇ ਤੇ ਚਰਸੋ ਉਹ ਵੇ ਚੁਲਾਇਆ ਤਾਂ ਕਿ ਮੈਂ ਉਹ ਭੱਤ ਚੜ ਬੈਠਾ ਉਹ ਚਾਹ ਤੇ ਗਿਆ ਉਹ ਬਾ ਪੇੜ ਫੁੱਲ ਗਿਆ ਉਹ ਮਰੀ ਜਾ ਅੱਗੋਂ ਦੇਹ ਪਰਿਆਂ ਦੀ ਬਾਦਸ਼ਾਹ ਹੀ ਆਈ ਉਹ ਮਹਲ ਚ ਮਨ ਲੱਥਾ ਮਹਲ ਲੈ ਗਿਆ ਕੋਈ ਸ਼ੈ ਕਹਿ ਨਹੀਂ ਪਲਾਂਗੇ ਹਰ ਸ਼ੈ ਉੱਥਾ ਸੁੱਤਾ ਪਏ ਪਰਿਆ ਆ ਗਏ ਉਹਨਾਂ ਆਖੇ ਇਹ ਸਾਡੇ ਪਾਸੇ ਕਿਵੇਂ ਸੁੱਤਾ ਪਏ ਉਹਨਾਂ ਸੂਈ ਮਾਰ ਤੇ ਉਹਦੇ ਮੱਥੇ ਬੋਲਾ ਬਣਾ ਤੇ ਨਹਿਰ ਤੇ ਬੰਦੇ ਛੋੜ ਲਏ ਨਹਿਰ ਤੇ ਛੁੱਟਾ ਵਧੇ ਵਧੇ ਖਾਂਦਾ ਪੀਂਦਾ ਵਧੇ ਫੋਲਾ ਜੰਜ ਤਾਂ ਪਰੂ ਆਉਂਦੀਏ ਉਹਨਾਂ ਦਾ ਗੋਤ ਆ ਥੋੜਾ ਪੂਰਾ ਸੂਰਾ ਉਹਨਾਂ ਗੋਤ ਚੰਗੇ ਪਾਸੇ ਪੜਨਾ ਹੋਣਾ ਊ ਆਖੇੜੀ ਜਵਾਨ ਸੋਹਣਾ ਕਰੇ ਬਾਦਸ਼ਾਹ ਦਾ ਪੋਤਰਾ ਇੱਕੋ ਕਹੀ ਜਲੋ ਇਹਦੇ ਤਾਂ ਸਿੱਧਾ ਸਾਦਾ ਇੱਕੋ ਰਾਤੀ ਰਾਤ ਪੜਨਾ ਆਡੇ ਸੂ ਸਵੇ ਲਿਆ ਪੇ ਡਿਠਾ ਵੇ ਸੀ ਰਾਤ ਦਾ ਬੰਦ ਤੇ ਉਹ ਪੜਨਾ ਆਡੇ ਤੋਂ ਨੇ ਉਹ ਸੁੱਤਾ ਪਿਓ ਮੈਂ ਬੋਲਾ ਹੈ ਕੁਆਂ ਰੱਖੇ ਵੀ ਨਾ ਗਾਲ ਕਰਦੇ ਨਾ ਬਾਤ ਕਰਦੇ ਫਜ਼ਰੇ ਮੇਰੇ ਕੋ ਮੇੜੇ ਦੇ ਸੀ
ਇੱਕ ਛੱਲੇ ਪਵਾ ਦੇਵਾਂ, ਇਹ ਜਿਹੜਾ ਵੱਲ ਦਿੱਠਾ ਵੇ ਸੀ ਆਪੇ ਉਹਨਾਂ ਦੇ ਛੱਲੇ ਉਹ ਪਵਾ ਦਿੱਤੇ। ਉਹ ਵੀ ਆ ਉਸ ਸਮੇਂ ਲਵਾਂਦੇ ਨਹਿ ਤੇ ਛੋੜੀ ਤੋਂ ਨੇ ਪਰਿਆਂ ਤਾਂ ਆਇਆ ਹੁਣ ਡਿੱਠਾ ਵਧੇ ਹੂੰ ਆ ਆਪਣਾ ਕਿਆ ਵਧਾ ਕਰੇਗਾ। ਉਹ ਚਾਹੀ ਗਿਆ ਵੱਲ ਹੂੰ ਮਹਾਲੇ ਉਤਾਈ ਸੁਮਾ ਤੇ ਉਹਦੀ ਉਹ ਸੂਈ ਕੱਢ ਗਈ ਦੋਨੇ। ਉਹ ਵੱਲ ਤਾਂ ਉੱਠਿਆ ਅੱਖ ਖੋਲੋ ਉਹ ਏਡੇ ਓਡੇ ਦੇਖੇ ਤਾਂ ਉਹ ਕੋਈ ਪਿਛਲਾ ਖਿਆਲ ਖਤਮ ਥੀ ਗਿਆ। ਉਹ ਆ ਕੇ ਮੇਰੇ ਕੋ ਸ਼ਾਇਦ ਖਾਬ ਆਏ। ਉਹ ਖਾਬ ਦੇ ਨਾਲ ਉਹ ਏਡੇ ਓਡੇ ਦੇਖੇ ਤਾਂ ਛੱਲੇ ਪਾਸੇ ਉਹ ਆ ਕੇ ਹਾਂ ਖਾਬ ਖਾਬ ਕਰ ਜਾਣਾ ਮਗਰ ਛੱਲੇ ਯਾਰ ਦੇ ਖਾਬ ਨਹੀਂ ਸੀ ਮਾਣੇ ਇਹ ਨਿਸ਼ਾਨੀ ਲੱਗੀ ਹੋ ਜਾਣ।